ਰੁਕਿਓ 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 ਰੁਕਿਓ, ਆ ਨੰਬਰ ਜਿਹੜਾ ਹੈ ਦੋ ਰੇਡਾਂ ਰਹਿ ਗਈਆਂ, ਜੇ ਸ਼ੀਲੂ ਦੋਨਾਂ ਚੋਂ ਇੱਕ ਵੀ ਫੜ ਗਿਆ ਦੋ ਬੁਲਟ ਇੱਕ ਸੰਤਾਨ ਨੂੰ ਮਿਲ ਜੂ, ਤੇ ਇੱਕ ਦੋ ਰੇਡਾਂ ਚੋਂ ਦੋਨੇ ਬੁਲਟ ਸ਼ੀਲੂ ਨੂੰ, ਜੇ ਦੋ ਵਾਰੀ ਦੋ ਸਟਾਪਾਂ ਦੇ ਵਿੱਚੋਂ ਦੋ ਟੱਚਾਂ ਦੇ ਵਿੱਚੋਂ ਇੱਕ ਵਾਰੀ ਫੜ ਗਿਆ ਤੇ ਦੋ ਬੁਲਟ ਦਿੱਤੇ ਜਾਣਗੇ ਸ਼ੀਲੂ ਨੂੰ ਮੇਰੇ ਮਿੱਤਰੋ, ਇੱਕ ਸੁਲਤਾਨ ਨੂੰ ਇੱਕ ਸ਼ੀਲੂ, ਜੇ ਨਾ ਫੜਿਆ ਗਿਆ ਇੱਕ ਸੁਲਤਾਨ ਨੂੰ ਇੱਕ ਸ਼ੀਲੂ ਨੂੰ, ਬਾਜਵਾ ਪਰਿਵਾਰ ਵੱਲੋਂ ਹੈ, ਬਾਜਵਾ ਫੈਮਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਮੋੜਵੀਰ ਕਹਿੰਦਾ ਦਿਲਾਵਰ ਵੱਲੋਂ, ਮੋੜਵੀਰ ਵੱਲੋਂ, ਸਮੁੱਚੀ ਬੱਲ ਫੈਮਲੀ ਵੱਲੋਂ ਮੇਰੇ ਵੀਰੋ ਅਸੀਂ ਧੰਨਵਾਦ ਕਰਦੇ ਹਾਂ। ਸ਼ੀਲੂ ਜੱਫਾ ਇੱਕ ਤੇ ਬੁਲਟ ਦੋ, ਆਹਦਾ ਕਬੱਡੀ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਪ੍ਰੋਫੈਸਰ ਸਾਹਿਬ, ਜੱਫਾ ਇੱਕ ਸਰਦੂਲ ਸਿੰਘ ਜੀ ਰੰਧਾਵਾ ਸਾਹਿਬ, ਜੱਫਾ ਇੱਕ ਜੱਸੀ ਲਸ਼ਕਰ ਜੀ ਤੇ ਬੁਲਟ ਦੋ, ਇਹ ਸਮੇਂ ਦੀਆਂ ਗੱਲਾਂ ਨੇ, ਮੱਲਾਂ ਦੀ ਮਿਹਨਤ ਵੱਡੀ ਹੈ, ਮੱਲਾਂ ਦੀ ਮਿਹਨਤ ਵੱਡੀ ਹੈ, ਸੁਲਤਾਨ ਦੀ ਲਾਸਟ ਡੇਟ ਪੈਣੀ ਹੈ, ਲਾਸਟ ਡੇਟ ਪਊਗੀ। ਓਕੇ, ਆ ਜਿਹੜਾ ਬੁਲਟ ਆ ਇਹ ਸ਼ੀਲੂ ਜਿੱਤ ਗਿਆ, ਉਹ ਵੀਰ ਕਹਿੰਦੇ ਆ ਪਰ ਇੱਕ ਰੇਡ ਪਊਗੀ ਸੁਲਤਾਨ ਦੀ, ਉਹ ਬੁਲਟ ਇੱਕ ਹੋਰ ਬੁਲਟ ਵਾਲੀ, ਕਿਆ ਬਾਤ ਹੈ, ਉਹ ਤਾਂ ਕਹਿਣਗੇ ਚੌੜਾ ਵਾਂਗੂ ਦਾ ਬੁਲਟ ਹੀ ਵੰਡਤੇ ਅੱਜ। ਰੌਲਾ ਪਿਆ ਪੁਆਇੰਟ ਉਹਦਾ ਮਾਣ ਦਾ ਦਿੱਤਾ, ਮਾਣ ਸਤਿਕਾਰ ਕੀਤਾ, ਹਾਂਜੀ।